बीएमसी चौक स्थित मैकडॉनल्ड रेस्टोरेंट में गत दिनों एक ग्राहक को कॉकरोच के अवशेष वाली आइस टी सर्व कर दी गई, जिसकी वजह से हंगामा हो गया, जिसके बाद ग्राहक सीए हरमिंदर सिंह ने स्वास्थ्य विभाग की टीम को मौके पर बुला लिया और उन्हें आइस टी की सैंपलिंग करने को कहा, जिसके बाद स्वास्थ्य विभाग की टीम ने मौके पर पहुंचकर आइस टी का सैंपल लिया। इस संबंध में जानकारी देते हुए ग्राहक हरमिंदर सिंह ने बताया कि उन्होंने रेस्टोरेंट में आकर आइस टी का ऑर्डर दिया और जैसे ही उन्हें आइस टी सर्व की गई तो उसमें कॉकरोच के अवशेष तैर रहे थे। ਅਸੀਂ ਬੱਚਿਆਂ ਨਾਲ ਇੱਥੇ ਆਏ ਹਾਂ ਫੋਰ ਜਸਟ ਰਿਫਰੈਸ਼ਿੰਗ ਆਰਸੈਲਵਸ ਅਤੇ ਇੱਥੇ ਅਸੀਂ ਆਈਸ ਟੀ ਔਡਰ ਕੀਤੀ ਹੈ ਅਤੇ ਆਈਸ ਟੀ ਵੀ ਵਰ ਗੋਇੰਗ ਟੂ ਡਰਿੰਕ, ਬੱਚਿਆਂ ਨੂੰ ਵੀ ਪਿਆਉਣ ਲੱਗੇ ਸੀ ਅਤੇ ਇਹਦੇ ਵਿੱਚ ਕੋਕਰੋਚ ਦੀਆਂ ਲੈਗਸ ਨਿਕਲੀਆਂ ਅਤੇ ਇਸ ਟਾਈਮ ਅਸੀਂ ਬੀਐਮਸੀ ਚੌਂਕ ਦੇ ਮੈਗਡੀਜ਼ ਵਿੱਚ ਹੈਗੇ ਹਾਂ। ਉਹ ਇਸ ਟਾਈਮ ਸਾਡੇ ਨਾਲ ਕੰਪਰੋਮਾਈਜ਼ ਕਰਨ ਨੂੰ ਤਿਆਰ ਨੇ ਕਿ ਹਾਂ ਵੀਲ ਪੇ ਬੈਕ ਯੋਰ ਬਿੱਲ ਜਾਂ ਫਿਰ ਤੁਸੀਂ ਫਰਦਰ ਰੀਔਰਡਰ ਕਰ ਦਿਓ, ਸਮਥਿੰਗ ਲਾਈਕ ਦੈਟ, ਵਿਚ ਵੀ ਆਰ ਨੋਟ ਰੈਡੀ ਟੂ। ਕੋਕਰੋਚ ਦੀਆਂ ਲੈਗਸ ਹੈਗੀਆਂ ਜੀ, ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਆਪ, ਇਹਦੇ ਵਿੱਚ ਕੋਕਰੋਚ ਦੀਆਂ ਲੈਗਸ ਵੀ ਹੈਗੀਆਂ ਅਤੇ ਹੋਰ ਥੋੜ੍ਹਾ ਇਨਸੈਕਟ ਵਿੰਗਸ ਵਗੈਰਾ ਵੀ ਹੈਗੇ ਆ। ਬਲੇਂਡ ਆਈ ਹੈਗੀ ਹੈ ਕਿਸੇ ਸਿਟੀਜ਼ਨ ਵੱਲੋਂ ਕਿ ਉਹਨਾਂ ਨੇ ਇੱਥੇ ਆਰਡਰ ਦਿੱਤਾ ਸੀ ਆਈਸ ਟੀ ਦਾ ਔਰ ਆਈਸ ਕ੍ਰੀਮ ਦਾ, ਔਰ ਆਈਸ ਟੀ ਦੇ ਵਿੱਚ ਉਹਨਾਂ ਨੇ ਸਾਹਮਣੇ ਪਿਆ ਹੈਗਾ, ਉਹਦੇ ਵਿੱਚ ਉਹ ਕਹਿੰਦੇ ਕਿ ਕੋਕਰੋਚ ਦੇ ਰੈਮੀਨੈਂਟਸ ਨੇ, ਇਹ ਕੁਛ ਫੋਰਨ ਮੈਟਰ ਲੱਗ ਰਿਹਾ ਹੈਗਾ, ਕੁਛ ਜਿੱਦਾਂ ਕਿਸੇ ਇਨਸੈਕਟ ਦੀਆਂ ਕੁਛ ਉਹਦੇ ਬਾਡੀ ਪਾਰਟਸ ਹੁੰਦੇ ਨੇ। ਬਾਕੀ ਲੈਬ ਇਨਵੈਸਟੀਗੇਸ਼ਨ ਕੈਨ ਟੈਲ ਮੋਰ ਡਿਟੇਲਸ ਕਿ ਐਗਜੈਕਟਲੀ ਕੀ ਹੈ, ਦੇਖਣ ਨੂੰ ਤਾਂ ਚਲੋ ਕਿਸੇ ਇਨਸੈਕਟ ਦੇ ਬਾਡੀ ਪਾਰਟਸ ਲੱਗ ਰਹੇ ਨੇ। ਆਈਸ ਟੀ ਹੈਗੀ ਹੈ, ਆਈਸ ਟੀ ਦਾ ਸੈਂਪਲ ਲਿਆ ਜਾ ਰਿਹਾ ਹੈਗਾ, ਅਤੇ ਬਾਕੀ ਕੰਪਲੇਨੈਂਟ ਵੀ ਟੋਲੀ ਬੈਠੇ ਦੇ ਆਰ ਸੈਡ ਕਿ ਦੇ ਆਰ ਐਡਮਿਟਿਡ ਟੂ ਸਮ ਐਕਸਟੈਂਟ ਦੈਟ ਲੈਬਸ ਹੈਜ਼ ਅਟਰਡ ਐਟ ਦੀ ਲੈਵਲ ਆਫ ਦ ਰੈਸਟੋਰੈਂਟ, ਅਤੇ ਸੈਂਪਲਸ ਆਰ ਬੀਨ ਟੇਕਨ ਵਿਲ ਬੀ ਸੈਂਟ ਟੂ ਦ ਲੈਬ ਟੁਮਾਰੋ ਮੋਰਨਿੰਗ ਐਂਡ ਦ ਰਿਪੋਰਟ ਵਿਲ ਬੀ ਮੇਡ ਅਵੇਲੇਬਲ ਟੂ ਦੀ ਡਿਪਾਰਟਮੈਂਟ ਐਟ ਦ ਅਰਲੀਐਸਟ, ਐਂਡ ਲੀਗਲ ਐਕਸ਼ਨ ਵਿਲ ਬੀ ਇਨੀਸ਼ੀਏਟਿਡ ਵਿਦ ਇਨ ਐਸ ਸੂਨ ਐਸ ਦ ਰਿਪੋਰਟ ਇਜ਼ ਮੇਡ ਅਵੇਲੇਬਲ ਟੂ ਅਸ। ਮੈਕਡੋਨਲਡ ਹੈ ਜੀ ਬੀ ਐਮ ਸੀ ਚੌਂਕ ਦੇ ਵਿੱਚ।